ਤਸ਼ੀਅਕਾਲ ਤੁਸੀਂ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਮੈਂ ਹਾ ਤੁਹਾਡੇ ਨਾਲ ਲਫਫਰੀਦ ਬੰਗੜ ਕੋਰੋਨਾ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ ਦੇਸ਼ ਦੇ ਵਿੱਚ ਲਗਾਤਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕਰੀਏ ਤਾਂ 2,60,000 ਤੋਂ ਵੀ ਵੱਧ ਨਵੇਂ ਮਾਮਲੇ ਕੋਰੋਨਾ ਦੇ ਸਾਹਮਣੇ ਆਏ ਨੇ ਮੌਤਾਂ ਦਾ ਦਰ ਵੀ 올 ਟਾਈਮ ਹਾਈ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਸਰਕਾਰਾਂ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਵੀਕਐਂਡ ਲਾਕਡਾਊਨ ਦਾ ਫੈਸਲਾ ਲਿਆ ਗਿਆ ਅਧਿਕਾਰ ਦਿੱਤੇ ਗਏ ਨੇ ਕਿ ਜੇਕਰ ਲੱਗਦਾ ਹੈ ਤਾਂ ਕੰਟੇਨਮੈਂਟ ਜ਼ੋਨ ਇਲਾਕਿਆਂ ਨੂੰ ਕੋਸ਼ਿਸ਼ ਕੀਤਾ ਜਾ ਸਕਦਾ ਹੈ ਪੰਜਾਬ ਪੁਲਿਸ ਵੀ ਸਖਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਮਾਸਕ ਨਾ ਪਾਣ ਤੇ ਲੋਕਾਂ ਦਾ ਚਲਾਨ ਹੋ ਰਿਹਾ ਹੈ ਜੇਕਰ ਕੋਈ ਉਲੰਘਣਾ ਕਰਦਾ ਹੈ ਜੋ ਆਦੇਸ਼ ਜਾਂ ਜੋ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਪੰਜਾਬ ਪੁਲਿਸ ਦਾ ਇੱਕ ਦੋਗਲਾ ਚਿਹਰਾ ਸਾਹਮਣੇ ਆਇਆ ਹੈ ਲੱਗਦਾ ਹੈ ਕਿ ਆਮ ਲੋਕਾਂ ਦੇ ਲਈ ਪੰਜਾਬ ਪੁਲਿਸ ਦੇ ਨਾਮ ਅਲੱਗ ਨੇ ਅਤੇ ਆਪਣੇ ਅਧਿਕਾਰੀਆਂ ਦੇ ਲਈ ਜੇ ਕਹੀਏ ਕਿ ਪੁਲਿਸ ਮੁਲਾਜ਼ਮਾ ਦੇ ਲਈ ਨਿਯਮ ਅਲੱਗ ਨਹੀਂ ਦਰਅਸਲ ਪਟਿਆਲਾ ਦੇ ਵਿੱਚ ਬੀਤੇ ਦਿਨੀ ਇੱਕ ਐਫਆਈਆਰ ਦਰਜ ਕੀਤੀ ਗਈ ਐਫਆਈਆਰ ਇਸ ਲਈ ਦਰਜ ਕੀਤੀ ਗਈ ਕਿਉਂਕਿ ਇੱਕ ਸੈਲਫੀ ਸੋਸ਼ਲ ਮੀਡੀਆ ਤੇ ਪਾਈ ਗਈ ਜਿਸ ਦੇ ਵਿੱਚ ਕੁਝ ਸ਼ਖਸ ਨਜ਼ਰ ਆ ਰਹੇ ਸਕੇ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਸੀ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਇਹਨਾਂ ਲੋਕਾਂ ਦੇ ਵੱਲ ਰੱਖਿਆ ਗਿਆ ਇਸ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਪਰ ਜਦੋਂ ਗੱਲ ਪੰਜਾਬ ਪੁਲਿਸ ਤੇ ਆਈ ਤਾਂ ਪੰਜਾਬ ਪੁਲਿਸ ਇਹ ਕਹਿੰਦੀ ਪਟਿਆਲਾ ਪੁਲਿਸ तमाम ਨਿਯਮ ਕਾਨੂੰਨ ਭੁੱਲ ਗਈ ਦਰਸਲ ਪਟਿਆਲਾ ਦੇ ਥਾਣਾ ਕੋਤਵਾਲੀ ਦੇ ਬਾਹਰ ਸ਼ੂਟਿੰਗ ਚੱਲ ਰਹੀ ਸੀ ਦੇਵ ਕਰੋੜ ਦੀ ਇੱਕ ਫਿਲਮ ਆਉਣ ਵਾਲੀ ਹੈ ਸਰੈਂਡਰ ਉਸ ਦੀ ਸ਼ੂਟਿੰਗ ਚੱਲ ਰਹੀ ਸੀ ਉਸ ਦੌਰਾਨ ਉੱਥੇ ਸੈਂਕੜੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਅਤੇ ਸ਼ੂਟਿੰਗ ਤੋਂ ਬਾਅਦ ਪੁਲਿਸ ਮੁਲਾਜ਼ਮ ਬਿਨਾਂ ਕਿਸੇ ਮਾਸਕ ਅਤੇ ਬਿਨਾਂ ਕਿਸੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੇ ਹੋਏ ਇਹਨਾਂ ਸਿਤਾਰਿਆਂ ਦੇ ਨਾਲ ਫੋਟੋ ਕਰਾਉਂਦੇ ਨਜ਼ਰ ਆਉਂਦੇ ਨਹੀਂ ਇਹ ਕਈਏ ਸੈਲਫੀਆਂ ਖਿਚਵਾਉਂਦੇ ਨਜ਼ਰ ਆਉਂਦੇ ਨੇ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨਸ ਤੇ ਨੇ ਕਿ ਕਿਸ ਤਰੀਕੇ ਦੇ ਨਾਲ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ ਹੈ ਨਾ ਹੀ ਕਿਸੇ ਵੀ ਤਰੀਕੇ ਦਾ ਮਾਸਕ ਇਹਨਾਂ ਲੋਕਾਂ ਦੇ ਵੱਲੋਂ ਪਾਇਆ ਗਿਆ ਹੈ ਨਾ ਹੀ ਕਿਸੇ ਤਰੀਕੇ ਦੀ ਸੋਸ਼ਲ ਡਿਸਟੈਂਸਿੰਗ ਇਹਨਾਂ ਲੋਕਾਂ ਦੇ ਵੱਲੋਂ ਮੇਨਟੇਨ ਕੀਤੀ ਗਈ ਹੈ ਤਾਂ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਇਹੀ ਉੱਠਦਾ ਹੈ ਕਿ ਆਖਿਰ ਪੰਜਾਬ ਪੁਲਿਸ ਦਾ ਇਹ ਦੋਗਲਾ ਚਿਹਰਾ ਕਿਉਂ ਜੇਕਰ ਪੰਜਾਬ ਪੁਲਿਸ ਖੁੱਦ ਇਸ ਤਰੀਕੇ ਦੇ ਨਾਲ ਨਿਯਮ ਕਾਨੂੰਨਾਂ ਦੀ ਧੱਜੀਆਂ ਉੜਾਏਗੀ ਤਾਂ ਤੁਸੀਂ ਆਮ ਲੋਕਾਂ ਨੂੰ ਕਿਵੇਂ ਕਹਿ ਸਕਦੇ ਹੋ ਕਿ ਆਮ ਲੋਕ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਜਾਂ ਆਮ ਲੋਕ ਮਾਸਕ ਪਹਿਨਣ ਜੇਕਰ ਪੰਜਾਬ ਪੁਲਿਸ ਦੇ ਅਧਿਕਾਰੀ ਜਾਂ ਕਈਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਹੀ ਇਸ ਤਰੀਕੇ ਦੇ ਨਾਲ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗਿਆ ਜਾਏਗਾ ਕੋਰੋਨਾ ਦੀ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਛਿੱਕੇ ਟੰਗਿਆ ਜਾਏਗਾ ਵਧੇਰੀ ਜਾਣਕਾਰੀ ਦੇ ਲਈ ਪਟਿਆਲਾ ਤੋਂ ਸਾਡੇ ਪੱਤਰਕਾਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਗਗਨ ਕੀ ਹੈ ਪੂਰਾ ਮਾਮਲਾ ਵਿਸਥਾਰ ਨਾਲ ਦੱਸੋ ਹਾਂਜੀ ਡਾਕਟਰ ਜੀ ਦੱਸੋ ਦੱਸਕਣ ਪਸਦਈ ਹੈ ਕਿ ਪਰसों ਇੱਕ ਰਾਤ ਨੂੰ ਸੰਜੀਵ ਕੁਮਾਰ ਤੋਂ ਤੇਜਾ ਨਾਮ ਦੇ ਇੱਕ ਵਿਅਕਤੀ ਵੱਲੋਂ ਆਪਣੇ ਬਿਨਾ ਮਾਸਕ ਤੋਂ ਇੱਕ ਪਾਰਟੀ ਦੇ ਦੌਰਾਨ ਉਹਦੇ ਸਾਥੀਆਂ ਦੇ ਨਾਲ ਤਿੰਨ ਚਾਰ ਵਿਅਕਤੀਆਂ ਦੇ ਨਾਲ ਬਿਨਾ ਮਾਸਕ ਤੋਂ ਇੱਕ ਫੋਟੋ ਫੇਸਬੁਕ ਤੇ ਅਪਲੋਡ ਕੀਤੀ ਗਈ ਸੀ ਜਿਸ ਤੇ ਕਤਵਾਲੀ ਪੁਲਿਸ ਪਟਿਆਲਾ ਨੇ ਕਾਰਵਾਈ ਕਰਦੇ ਹੋਏ ਉਸ ਦਾ ਆਈਪੀ 688 ਦਾ ਪਰਚਾ ਦਰਜ ਕਰ ਦਿੱਤਾ ਪਰ ਇਥੇ ਦੱਸਣਾ ਹੈ ਠੀਕ ਹੋਵੇਗਾ ਕਿ ਵੀ ਆਮ ਲੋਕਾਂ ਦੇ ਲਈ ਇਹ ਕਰਫਿਊ ਦੀਆਂ ਹਦਾਇਤਾਂ ਹਨ ਜਾਂ ਜੋ ਕੋਈ ਅਪਲੋਡ ਕਰ ਰਿਹਾ ਹੈ ਬਿਨਾਂ ਮਾਸ ਤੋਂ ਇਸੇ ਪਰਚਾ ਦਰਜ ਹੋ ਰਿਹਾ ਪਰ ਕੱਲ ਬਿਲਕੁਲ ਕਤਵਾਲੀ ਥਾਣੇ ਦੇ ਅੱਗੇ ਥਾਣੇ ਦੇ ਗੇਟ ਦੇ ਅੱਗੇ ਦੇਵ ਕਰੋੜ ਜੋ ਕਿ ਨਾਮੀ ਅਦਾਕਾਰ ਨੇ ਉਹਨਾਂ ਦੀ ਫਿਲਮ ਸ਼ੂਟਿੰਗ ਚੱਲ ਰਹੀ ਸੀ ਤੇ ਉਸ ਦੇ ਵਿੱਚ 300 ਤੋਂ 400 ਬੰਦਾ ਉਹ ਇਸ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਧਾਰਿਆ ਸੀ ਪਰ ਦੇਖਣਾ ਇਹ ਹੋਵੇਗਾ ਵੀ ਆਮ ਲੋਕਾਂ ਦੇ ਲਈ ਇਹ ਕਰੋਨਾ ਦੀਆਂ ਹਦਾਇਤਾਂ ਤੇ ਸ਼ਾਹੂਕਾਰਾਂ ਦਾ ਮੇਲਾ ਇਹ ਕਹਾਵਤ ਹਮੇਸ਼ਾ ਕਹੀ ਜਾਂਦੀ ਹੈ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਅਲੱਗ-ਅਲੱਗ ਸਮੇਂ ਤੇ ਸਖਤਤਾ ਦਾ ਚਾਹਦੇ ਰਹੀ ਹੈ ਕਰੋਨਾ ਦੇ ਵਾਧੇ ਕਿਸਾ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਅੱਜ ਲੁਧਿਆਣਾ ਵਿੱਚ ਦੋ ਏਰੀਆ ਦੇ ਵਿੱਚ ਲਾਕਡਾਊਨ ਲਗਾਇਆ ਗਿਆ ਹੈ ਅਗਲੇ ਹੁਕਮਾਂ ਤੱਕ ਜੀ ਜੀ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਲਾਸਮੇ ਸਮੱਸਿਆ ਲਗ ਲਗ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਇਹ ਪਟਿਆਲਾ ਸੀਐਮ ਸਿਟੀ ਦੇ ਵਿੱਚ ਸਰੀਆਮ ਦੇਖਣ ਨੂੰ ਮਿਲ ਰਿਹਾ ਹੈ ਕਿ ਆਮ ਲੋਕਾਂ ਦੇ ਉੱਤੇ ਇੱਕ ਪਰਚਾ ਦਰਜ ਕੀਤਾ ਗਿਆ ਹੈ ਪਰ ਨਾਮੀ ਅਦਾਕਾਰਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਅ ਗगन ਕੀ ਇਸ ਨੂੰ ਲੈ ਕੇ ਉੱਚ ਅਧਿਕਾਰੀਆਂ ਦੇ ਕੋਲ ਕੋਈ ਸ਼ਿਕਾਇਤ ਦਿੱਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਜੋ ਨਿਯਮ ਕਾਨੂੰਨਾਂ ਦੀ ਧੱਜੀਆਂ ਉਣਾਈਆਂ ਗਈਆਂ ਨੇ ਇਸ ਬਾਰੇ ਨਹੀਂ ਜੀ ਇਸ ਤੋਂ ਪਹਿਲਾਂ ਐਸਚੀ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਉਹਨਾਂ ਨੇ ਦੱਸਿਆ ਕਿ ਵੀ ਮੈਂ ਆਊਟ ਆਫ ਸਟੇਟ ਹਾਂ ਇਸ ਸਮੇਂ ਵੀ ਮੈਨੂੰ ਕਿਸੇ ਜੁੜੀ ਕੰਮ ਬਾਹਰ ਜਾਣਾ ਪੈ ਗਿਆ ਪਰ ਅਸੀਂ ਇਹ ਵੀ ਬੇਨਤੀ ਕੀਤੀ ਉਹਨਾਂ ਨੂੰ ਕਿ ਤੁਸੀਂ ਕਿਸੇ ਹੋਰ ਦੀ ਡਿਊਟੀ ਲਗਾ ਕੇ ਵੀ ਇਸ ਨੂੰ ਕਲੈਰੀਫਾਈ ਕੀਤਾ ਜਾਵੇ ਕਿ ਜੋ ਤੁਸੀਂ ਕਾਰਵਾਈ ਕਰਨ ਯੋਗ ਹੈ ਤਾਂ ਉਹਨਾਂ ਨੇ ਇਹ ਹੀ ਦੱਸਿਆ ਵੀ ਅਸੀਂ ਕਿਸੇ ਦੀ ਡਿਊਟੀ ਲਗਾਵਾਂਗੇ ਪਰ ਇਸ ਮਾਮਲੇ ਦੇ ਉੱਤੇ ਕੋਈ ਵੀ ਅਧਿਕਾਰੀ ਬੋਲਣ ਲਈ ਨਹੀਂ ਤਿਆਰ ਹੋਇਆ ਅ ਬੇਹਦ ਧੰਨਵਾਦ ਗगन ਇਸ तमाम ਜਾਣਕਾਰੀ ਦਿੱਤੀ ਸਾਡੇ ਨਾਲ ਫੋਨ ਲਾਈਨ ਤੇ ਸਾਡੇ ਪੱਤਰਕਾਰ ਪਟਿਆਲਾ ਤੋਂ ਗगन ਜੁੜੇ ਹੋਏ ਸੀ ਜਿਨ੍ਹਾਂ ਨੇ तमाम ਜਾਣਕਾਰੀ ਸਾਂਝਾ ਕੀਤੀ ਹੈ ਕਿ ਕੀ ਇਹ ਪੂਰਾ ਮਾਮਲਾ ਸគਾ ਪਰ ਇਹਨਾ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਨੇ ਸਵਾਲ ਖੜਾ ਹੁੰਦਾ ਹੈ ਕਿ ਕੀ ਹੁਣ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਜੇਕਰ ਆਮ ਲੋਕਾਂ ਦੇ ਕਾਰਵਾਈ ਕੀਤੀ ਜਾ ਸਕਦੀ ਹੈ ਉਹਨਾਂ ਨੂੰ 마ਸਕ ਨਾ ਪਾਉਣ ਦੇ ਲਈ ਉਹਨਾਂ ਦੇ ਚਲਾਨ ਕੱਟੇ ਜਾ ਸਕਦੇ ਨੇ ਕੰਟੇਨਮੈਂਟ ਜ਼ੋਨ ਬਣਾਏ ਜਾ ਰਹੇ ਨੇ ਤਾਂ ਅਜਿਹੇ ਦੇ ਵਿੱਚ ਜੇਕਰ ਖੁਦ ਪੁਲਿਸ ਮੁਲਾਜ਼ਮ ਅਜਿਹੀ ਕੋਤਾਹੀ ਕਰਨਗੇ ਜਾਂ ਕਿ ਇਹ ਅਜਿਹੇ ਦੋਗਲਾ ਚਿਹਰਾ ਨਜ਼ਰ ਆਏਗਾ ਪੰਜਾਬ ਪੁਲਿਸ ਦਾ ਤਾਂ ਕੀ ਇਨ੍ਹਾਂ ਮੁਲਾਜ਼ਮਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਦੂਜੇ ਪਾਸੇ ਜਦੋਂ ਕੋਰੋਨਾ ਲਗਾਤਾਰ ਵਧਦਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਇਸ ਤਰ੍ਹਾਂ ਦੀ ਸ਼ੂਟਿੰਗ ਦੀ ਪਰਮਿਸ਼ਨ ਹੀ ਕਿਉਂ ਦਿੱਤੀ ਗਈ ਜੇਕਰ ਪਰਮਿਸ਼ਨ ਦਿੱਤੀ ਵੀ ਗਈ ਤਾਂ ਪ੍ਰਸ਼ਾਸਨ ਦੇ ਵੱਲੋਂ ਕਿਉਂ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਉੱਥੇ ਲੋਕਾਂ ਦੇ ਵੱਲੋਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ ਜਾ ਰਹੀ ਹੈ ਜਾਂ ਨਹੀਂ ਕੀਤੀ ਜਾ ਰਹੀ ਹੈ ਸੇ ਮੰਨਦੇ ਆ ਕਿ ਲਗਾਤਾਰ ਲੋਕਾਂ ਦਾ ਰੋਜ਼ਗਾਰ ਜੁੜਿਆ ਹੁੰਦਾ ਹੈ ਕਾਮਕਾਰ ਜੁੜੇ ਹੁੰਦੇ ਨੇ ਹਰ ਲਾਈਨ ਦੇ ਨਾਲ ਫਿਲਮ ਇੰਡਸਟਰੀ ਤਾਂ ალਬੀ ਅਜੀਹਾ ਹੀ ਹੈ ਪਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਸ਼ੂਟਿੰਗ ਇਸ ਤਰੀਕੇ ਦੀ ਹੋ ਰਹੀ ਹੈ ਜਿਸਕਰ ਇਜਾਜ਼ਤ ਦਿੱਤੀ ਗਈ ਹੈ ਪਹਿਲੀ ਗੱਲ ਤਾਂ ਤਾਂ ਕਿਉਂ ਧਿਆਨ ਨਹੀਂ ਰੱਖਿਆ ਗਿਆ ਜੇਕਰ 200 ਤੋਂ 300 ਲੋਕ ਉੱਥੇ ਇਕੱਠਾ ਹੁੰਦੇ ਨੇ ਇਸ ਤਰੀਕੇ ਦੇ ਨਾਲ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਦੂਜੇ ਪਾਸੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਮ ਲੋਕਾਂ ਦੇ ਐਫਆਈਆਰ ਹੁੰਦੀਆਂ ਨੇ ਤਾਂ ਇਹਨਾਂ ਸਿਤਾਰਿਆਂ ਦੇ ਵੀ ਹੋਣਗੀਆਂ ਇਹਨਾਂ ਸਿਲੇਬ੍ਰਿਟੀਜ਼ ਤੇ ਵੀ ਹੋਣ ਗਿਆ ਦੇਵ ਕਰੋੜ ਦੀ ਸ਼ੂਟਿੰਗ ਚੱਲ ਰਹੀ ਸੀ ਜਬਜੀ ਖੈਰਾ ਵੀ ਉਸ ਵਕਤ ਮੌਜੂਦ ਸਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੂਟਿੰਗ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਉੱਥੇ ਲੋਕਾਂ ਦਾ ਇਕੱਠ ਵੀ ਇਨ੍ਹਾਂ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਤਾਂ तमाम ਇਹ ਸਵਾਲ ਖੜੇ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਕਦੋਂ ਮਿਲਦਾ ਹੈ ਇਸ ਦਾ ਇੰਤਜ਼ਾਰ ਸਾਨੂੰ ਵੀ ਰਹੇਗਾ ਇੰਤਜ਼ਾਰ ਇਸ ਗੱਲ ਦਾ ਵੀ ਰਹੇਗਾ ਕਿ ਇਸ ਪੂਰੇ ਮਸਲੇ ਨੂੰ ਲੈ ਕੇ ਸੀਐਮ ਕਪਟਨ ਅਮਿੰਦਰ ਸਿੰਘ ਕੀ ਫੈਸਲਾ ਲੈਂਦੇ ਨੇ ਕੀ ਕਾਰਵਾਈ ਕਰਦੇ ਨੇ ਕਿਉਂਕਿ ਸੀਐਮ ਸਿਟੀ ਪਟਿਆਲੇ ਦੇ ਵਿੱਚ ਹੀ ਇਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਵੱਲੋਂ ਦਿੱਤੀਆਂ ਹਦਾਇਤਾਂ ਦੀਆਂ ਧੱਜੀਆਂ ਉੜਾਈਆਂ ਗਈਆਂ ਨਹੀਂ